ਅਸੀਂ ਸੁਬਾਹ ਜਦੋਂ ਦੁਕਾਨ ਖੋਲ੍ਹੀ ਆ ਉਦੋਂ ਤਾਂ ਸਾਨੂੰ ਕੁਛ ਪਤਾ ਨਹੀਂ ਚੱਲਿਆ ਕਿਉਂਕਿ ਸ਼ਟਰ ਬੰਦ ਹੁੰਦਾ ਜੀ। ਉਸ ਤੋਂ ਬਾਅਦ ਜਦੋਂ ਸ਼ਟਰ ਚੱਕ ਕੇ ਗਿਆ ਬੰਦਾ ਉਹ ਆਉਂਦਾ ਕੋਈ ਇਹਨਾਂ ਦਾ ਹੀ ਬੰਦਾ ਹੋਣਾ ਏਟੀਐਮ ਦਾ, ਉਹ ਦੇਖ ਕੇ ਵਾਪਸ ਚਲਾ ਗਿਆ ਅਤੇ ਨਾਲ ਵਾਲੀ ਦੁਕਾਨਾਂ ਨੇ ਦੇਖਿਆ ਕਿ ਏਟੀਐਮ ਟੁੱਟਿਆ ਹੋਏਗਾ। ਉਸ ਤੋਂ ਬਾਅਦ ਅਸੀਂ ਪਿੱਛੋਂ ਦੀ ਦੇਖਿਆ ਉਹ ਪਿੱਛੇ ਟੂਟੀ ਵਾਲੀ ਪੈਪ ਬੰਨ ਕੇ ਪਿੱਛੇ ਉਤਰੇ ਹੋਏ ਆ, ਨਾਲ ਹੀ ਮੇਰੀ ਦੁਕਾਨ 'ਚ ਵੀ ਉਤਰੇ ਹੋਏ ਆ ਉਹ, ਅਤੇ ਇੱਧਰੋਂ ਤਾਂ ਚਲੋ ਸਾਡੇ ਗੇਟ ਵਗੈਰਾ ਬੰਦ ਸੀਗੇ ਮੁੜ ਕੇ ਹੋਣਗੇ। ਉਸ ਤੋਂ ਬਾਅਦ ਉਹ ਏਟੀਐਮ 'ਚ ਘਟਨਾ ਕਰਕੇ ਗਏ ਆ, ਪਿੱਛੇ ਮੋਹਰਾ ਪੱਟ ਕੇ ਉਸ ਤੋਂ ਬਾਅਦ ਕੈਸ਼ ਵਗੈਰਾ ਲੈ ਕੇ ਗਏ। ਕੋਈ ਪਤਾ ਲੱਗਿਆ ਕਿ ਕਿੰਨਾ ਕੈਸ਼ ਵਗੈਰਾ ਲੈ ਕੇ? ਨਹੀਂ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਕੋਈ ਨਾ ਹੀ ਇੱਥੇ ਕੋਈ ਦੇਖਣਾ ਆਇਆ ਹਜੇ ਤੱਕ। ਹੁਣ 11 ਵੱਜ ਚੁੱਕੇ, ਕੋਈ ਪੁਲਿਸ ਵਗੈਰਾ ਆਈ? ਕੋਈ ਨਹੀਂ, ਹਜੇ ਨਹੀਂ ਆਇਆ ਕੋਈ ਵੀ ਨਹੀਂ। ਕੋਈ ਏਟੀਐਮ ਦਾ ਅਧਿਕਾਰੀ ਵੀ ਨਹੀਂ ਆਇਆ ਹੈਗਾ? ਏਟੀਐਮ ਦਾ ਅਧਿਕਾਰੀ ਨਹੀਂ, ਜੋ ਦੁਕਾਨ ਦਾ ਮਾਲਿਕ ਆ ਉਹ ਆਇਆ ਸੀਗਾ ਜੀ, ਉਹ ਵੀ ਵੀਡੀਓ ਬਣਾ ਕੇ ਚਲਾ ਗਏ ਜੀ। ਹੁਣ ਤੁਸੀਂ ਕੀ ਮੰਗ ਕਰਦੇ ਕੀ ਹੁਣ? ਅਸੀਂ ਤਾਂ ਇਹੀ ਕਹਿੰਦੇ ਵੀ ਅੱਗੇ ਤੋਂ ਜੇ ਤਾਂ ਏਟੀਐਮ ਸੇਫ ਹੈ ਨਹੀਂ ਤਾਂ ਇਹਦਾ ਮਤਲਬ ਸਾਡੀ ਦੁਕਾਨ ਵੀ ਸੇਫ ਰਹੇਗੀ। ਤਾਂ ਅਸੀਂ ਤਾਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਵੀ ਜੋ ਵੀ ਇਹ ਕੰਮ ਕਰਦੇ ਆ ਉਹਨਾਂ ਨੂੰ ਫੜਿਆ ਜਾਵੇ। ਕੋਈ ਪੁਲਿਸ ਵਗੈਰਾ ਜਾਂ ਕੋਈ ਏਟੀਐਮ ਦਾ ਅਧਿਕਾਰੀ ਵਗੈਰਾ ਕੋਈ ਨਹੀਂ ਆਇਆ? ਇਹਦੇ ਵਿੱਚ ਕੋਈ ਕੈਸ਼ ਵਗੈਰਾ ਵੀ? ਇਹਦਾ ਵੀ ਉਹੀ ਦੱਸ ਸਕਦੇ ਜਿਹਨਾਂ ਨੇ ਏਟੀਐਮ 'ਚ ਬੈਂਕ ਵਾਲੇ ਦੱਸ ਸਕਦੇ, ਕਿਉਂਕਿ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ, ਇਹਦੇ ਵਿੱਚ ਭੰਨੀ ਗਈ ਆ ਪੂਰੇ ਤੌਰ 'ਤੇ ਕਿ ਇਹ ਬਾਹਰੋਂ ਬਾਹਰੋਂ ਟੁੱਟੀ ਆ ਉਹ ਦੱਸਣਗੇ। ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਕੋਈ ਪੁਲਿਸ ਦੇ ਪੁਖਤਾ ਪ੍ਰਬੰਧ ਨਹੀਂ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪੁਲਿਸ ਦੀ ਸਿਕਿਉਰਟੀ ਚਾਹੀਦੀ ਹੈ, ਕੋਈ ਪ੍ਰਬੰਧ ਨਹੀਂ। ਸਹੀ ਗੱਲ ਹੈ, ਇੱਥੇ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ, ਦਿਨ ਦਿਹਾੜੇ ਲੋਕ ਕੈਸ਼ ਹੋ ਗਏ, ਅਤੇ ਥੋੜ੍ਹਾ ਸੋਚਣਾ ਕਿ ਕੱਲ੍ਹ ਮੇਰੇ ਖਿਆਲ ਮੋਟਰਸਾਈਕਲ ਵੀ ਖੋਇਆ ਗਿਆ ਕੱਲ੍ਹ, ਪੁਲਿਸ ਦੀ ਚਾਹੀਦੀ ਜ਼ਰੂਰੀ ਹੈ। ਠੀਕ ਹੈ, ਜਿਹੜੀ ਰਾਤ ਸਾਡੇ ਏਟੀਐਮ ਹੈਗਾ ਆਊਟਸੋਰਸ ਏਜੰਸੀ ਨੂੰ ਦਿੱਤਾ ਹੋਇਆ ਇਹ, ਅਤੇ ਉਹ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਤੋੜਨ ਦੀ, ਪਰ ਐਪਰੈਂਟਲੀ ਲੱਗ ਰਿਹਾ ਵੀ ਉਹ ਨਹੀਂ ਟੁੱਟਿਆ। ਕੈਸ਼ ਵੀ ਇਸ ਤਰ੍ਹਾਂ ਹੀ ਲੱਗ ਰਿਹਾ ਵੀ ਨਹੀਂ, ਕੁਛ ਨਹੀਂ ਹੋਇਆ ਕੈਸ਼ ਨੂੰ ਵੀ, ਕੈਸ਼ ਵੀ ਬਚ ਗਿਆ, ਲੇਕਿਨ ਉਹ ਸਾਡਾ CPU ਲੈ ਗਏ ਏਟੀਐਮ ਦਾ, ਜਿਹਦੇ ਨਾਲ ਕਿ ਜਿਹਦੇ ਮੋਬਾਈਲ ਦੀ ਰਿਕਾਰਡਿੰਗ ਹੁੰਦੀ ਸੀ ਉਹ ਆਪਣਾ ਸੋਰੀ ਕੈਮਰੇ ਦੀ ਰਿਕਾਰਡਿੰਗ ਹੁੰਦੀ ਸੀ ਉਹ ਲੈ ਗਏ ਆ। ਇੱਕ ਹੋਰ ਕੈਮਰਾ ਲੱਗਿਆ ਵਾ ਉਹਦੇ ਵਿੱਚ ਦੇਖਦੇ ਹਾਂ ਵੀ ਜੇ ਕੁਛ ਮਿਲ ਜਾਵੇ ਤਾਂ। ਉਹ ਮਕਾਨ ਮਾਲਕ ਕੋਈ ਸਕਿਉਰਟੀ ਗਾਰਡ ਵਗੈਰਾ ਰੱਖਿਆ ਹੋਇਆ? ਨਹੀਂ, ਸਕਿਉਰਟੀ ਗਾਰਡ ਕਿਉਂਕਿ ਆਪਣਾ ਆਊਟਸੋਰਸ ਏਜੰਸੀ ਕੋਲ ਸੀਗਾ ਅਤੇ ਉਹਨਾਂ ਦਾ ਹੀ ਸੀਗਾ। ਕੀ ਨਾਮ ਹੈ ਤੁਹਾਡੀ? ਮੇਰਾ ਨਾਮ ਰਾਕੇਸ਼। ਇਹ ਜੈਤੋ ਮੰਡੀ 'ਚ ਕੋਟਪੁਰਾ ਰੋਡ 'ਤੇ ਹੈ ਜੋ SBI ਦਾ ਏਟੀਐਮ, ਉਹਦੇ 'ਤੇ ਕੋਈ ਕਿਸੇ ਚੋਰਾਂ ਵੱਲੋਂ ਵੀ ਉਹਦੇ ਪਿੱਛੋਂ ਸੰਨ ਲਾ ਕੇ ਉਹਦੇ ਅੰਦਰ ਦੀ ਉਹਦੇ ਭੰਨ ਤੋੜ ਕੀਤੀ ਗਈ ਹੈ। ਅਤੇ ਜੋ ਬੈਂਕ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਉਹ ਕਹਿੰਦੇ ਵੀ ਕੈਸ਼ ਦਾ 100% ਸਾਨੂੰ ਸ਼ੋਰ ਹੈ ਵੀ ਕੈਸ਼ ਅਜੇ ਤੱਕ ਨਹੀਂ ਗਿਆ, ਬਾਕੀ ਫਿਰ ਵੀ ਕਹਿੰਦੇ ਅਸੀਂ ਆਪਣੇ ਮਕੈਨਿਕ ਨੂੰ ਬੁਲਾ ਕੇ ਕਲੀਅਰ ਕਰਾਂਗੇ ਵੀ ਕੀ ਉਹਦੇ ਵਿੱਚ। CCTV ਕੈਮਰੇ ਵੀ ਅਸੀਂ ਉਹਨਾਂ ਨੂੰ ਕਿਹਾ ਸੀ ਉਹਨਾਂ ਦਾ ਆਏਗਾ ਜਿਹੜਾ, ਉਹ ਜੋ CCTV ਉਹਨਾਂ ਨੂੰ ਪਾਸਵਰਡ ਪਤਾ ਉਹਨਾਂ ਨੂੰ, ਅਤੇ ਉਹਦੇ ਤੋਂ ਕਰਕੇ ਕਲੀਅਰ ਦੇਖਾਂਗੇ ਵੀ ਫੁਟੇਜ ਲੈ ਕੇ ਕੌਣ ਆਇਆ ਜਿਹੜੇ ਇਹਨਾਂ ਨੇ। ਕੈਸ਼ ਚੋਰੀ ਹੋਣ ਦਾ ਅਜੇ ਤੱਕ ਕੋਈ ਨਹੀਂ ਮਾਮਲਾ ਇਸ ਤਰ੍ਹਾਂ ਦਾ ਕੋਈ ਸਾਹਮਣੇ। ਅਤੇ ਉਸ ਤੋਂ 10 ਮਿੰਟ ਪਹਿਲਾਂ ਮੈਨੂੰ ਇਨਫੋਰਮੇਸ਼ਨ ਆਈ ਸੀ ਅਤੇ ਕਿਉਂਕਿ ਉਹਦਾ ਬਾਹਰੋਂ ਸ਼ਟਰ ਲੱਗਿਆ ਸੀ ਕਿਤੇ ਜਿਹੜੇ, ਉਸ ਤੋਂ 10 ਮਿੰਟ ਪਹਿਲਾਂ ਮੈਨੂੰ ਇਨਫੋਰਮੇਸ਼ਨ ਆਈ ਸੀ, ਦਰਖਾਸਤ ਦੇ ਕੇ ਗਏ ਅਤੇ ਉਹ ਨਾਲ ਦੀ ਨਾਲ ਪਹੁੰਚ ਗਏ। ਠੀਕ ਹੈ ਸਰ।